जी सर, मैं बोला जी जी प्लीज प्लीज कंटिन्यू करो। स्पीकर साहब क्वेश्चन आवर ते जीरो आवर लेना थोड़ा पैरोगेटिव है, तुसी घंटे बाद ले लियो, तुसी दो घंटे बाद क्वेश्चन आवर कर लियो जीरो कर लियो। जे तुसी अज इस गल तो शुरू करना चाहते हो कि राज्यपाल दे भाषण ते डिबेट शुरू होवे, तां इन्हां नूं भी तां टाइम मिलूगा, इन्हां नूं भी तां टाइम मिलूगा राज्यपाल दे भाषण बारे जो मर्जी बोल लियो बोलो, क्योंकि उदों तक इन्हां ने चले जाना है। ਇਹ ਇੰਨੀ ਦੇਰ ਬੈਠਣ ਵਾਲੇ ਹੈ ਨੀ, ਇਹ ਬਿਨਾਂ ਸੱਤਾ ਤੋਂ ਬੈਠ ਨਹੀਂ ਸਕਦੇ, ਇਹਨਾਂ ਨੂੰ ਟੀਵੀ ਤੇ ਆਉਣ ਦਾ ਚਾਅ ਹੈ, ਬਾਹਰ ਜਾਣਾ ਇਹਨਾਂ ਨੇ, ਹੁਣ ਬਾਹਰ ਵਾਸਤੇ ਮੈਂ ਜਿੰਦਾ ਗਿਫਟ ਕਰਤਾ, ਹੁਣ ਬਾਹਰ ਵੀ ਨਹੀਂ ਜਾ ਸਕਦੇ। ਤੇ ਮੈਨੂੰ ਵੀ ਸ਼ੌਕ ਹੈ ਨੀ, ਮੈਂ 17.5 ਸਾਲ ਦਾ ਮਸ਼ਹੂਰ ਹੋ ਗਿਆ ਸੀ, ਮੈਨੂੰ ਕਿਸੇ ਟੀਵੀ ਤੇ ਆਉਣ ਦਾ ਸ਼ੌਕ ਹੈ ਨੀ। ਤੁਹਾਡੇ ਬੇਟੇ ਨੂੰ ਸ਼ੌਕ ਹੈ ਕਿ ਮੈਨੂੰ ਫਿਲਮਾਂ ਦਾ ਹੀਰੋ ਬਣਾ ਦਿਓ, ਨਹੀਂ ਬਣਾ ਸਕਦੇ ਤੁਸੀਂ, ਜੇ ਪੈਸੇ ਦੀ ਖੇਡ ਹੁੰਦੀ ਨਾ ਕਲਾ। ਤੁਸੀਂ ਮੈਨੂੰ ਕਹਿੰਦੇ ਮੈਂ 150 ਰੁਪਇਆ ਲੈਂਦਾ ਸੀ ਮੁਹੰਮਦ ਸਦੀਕ ਤੋਂ, ਮੈਂ ਲੈਂਦਾ ਸੀ, ਮੈਂ ਕਲਾ ਕਰਕੇ ਮਸ਼ਹੂਰ ਹੋਇਆ। ਤੁਹਾਡਾ ਬੇਟਾ ਕਿੰਨੇ ਸਾਲਾਂ ਤੋਂ ਕਹੀ ਜਾਂਦਾ ਪਾਪਾ ਮੇਰੇ ਵਾਸਤੇ ਫਿਲਮ ਬਣਾ ਦਿਓ, ਮੈਨੂੰ ਕੋਈ ਪ੍ਰੋਡਿਊਸਰ ਹੀਰੋ ਨਹੀਂ ਲੈਂਦਾ। ਇਹ ਪੈਸੇ ਦੀ ਖੇਡ ਨਹੀਂ ਹੁੰਦੀ, ਇਹ ਪੈਸੇ ਦੀ ਖੇਡ ਨਹੀਂ ਹੁੰਦੀ ਕਲਾ, ਇਹ ਜਿਹੜੀ ਆਰਟ ਹੈ ਨਾ ਕਲਾ, ਇਹ ਬਹੁਤ ਵੱਡੀ ਗੱਲ ਹੈ। ਹਾਂ ਹਾਂ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਇਹ 600 ਰੁਪਇਆ ਦਿਹਾੜੀ ਲੈਂਦਾ ਸੀ, ਇਹ ਜਬੜੀਆਂ ਮਾਰਦਾ ਸੀ, ਤੇ ਤੁਸੀਂ ਉਹੀ ਤੁਹਾਡਾ ਐਮ ਪੀ ਆ ਹੋ। ਸਪੀਕਰ ਸਾਹਿਬ ਤੁਸੀਂ ਚੇਅਰ ਨੂੰ ਜੀ ਜੀ ਤੁਸੀਂ ਬੈਠੋ ਜੀ। ਸਰ ਲੀਡਰ ਆਫ ਦਾ ਹਾਊਸ ਜਦੋਂ ਮਰਜ਼ੀ ਬੋਲ ਸਕਦਾ, ਜਦੋਂ ਮਰਜ਼ੀ ਬੋਲ ਸਕਦਾ ਲੀਡਰ ਆਫ ਦਾ ਹਾਊਸ, ਜਦੋਂ ਮਰਜ਼ੀ ਬੋਲ ਸਕਦਾ ਜੀ। ਮੁੱਖ ਮੰਤਰੀ ਸਾਹਿਬ ਤੁਸੀਂ ਕੰਟੀਨਿਊ ਕਰੋ ਜੀ, ਮੁੱਖ ਮੰਤਰੀ ਸਾਹਿਬ ਕੰਟੀਨਿਊ ਕਰੋ ਜੀ। ਮਿਸਟਰ ਬਾਜਵਾ, ਓ ਮਿਸਟਰ ਬਾਜਵਾ, ਹੈਲੋ ਅੱਖਾਂ ਕਰ ਇੱਧਰ, ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਹਾਂ। ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ, 2:45 ਤੁਸੀਂ ਕਿੱਥੇ ਸੀ, ਤੁਸੀਂ ਰਿਐਕਟ ਕਿਉਂ ਨਹੀਂ ਕੀਤਾ, ਤੁਸੀਂ ਸਵੇਰੇ 11 ਵਜੇ ਉੱਠੇ। ਨੂੰ ਐਡਰੈਸ ਕੀਤਾ ਜਾਵੇ, ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ। ਐਡਰੈਸ ਕੀਤਾ ਜਾਵੇ, ਅੱਜ ਫੁੱਟ ਪਾਉਣ ਵਾਲਾ ਇਹ ਬੰਦਾ ਫਰੈਂਡ, ਅੱਜ ਕਿਸਾਨ ਯਾਦ ਆ ਗਏ, ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਲਾਉਂਦੇ ਸੀ ਮੱਥਨ ਨੂੰ, ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨੀ ਕੋਈ, 726 ਮਰਵਾਲੇ, 726 ਮਾਰੇ ਗਏ, ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ, ਲੈ ਕਿਉਂ ਨੀ ਦਿੱਤੀ ਕੱਲੇ ਕੱਲਾ। ਮੁੱਖ ਮੰਤਰੀ ਸਾਹਿਬ ਫਲੋਰ ਕ੍ਰੋਸ ਨਹੀਂ ਕਰੇ ਜੀ, ਬਾਈ ਨੇਮ ਦਿੱਤੀ, ਹਾਂਜੀ, ਦਿਸ ਇਜ਼ ਅ ਸੀਐਮ, ਦਿਸ ਇਜ਼ ਅ ਸੀਐਮ, ਇਹ ਲੋਕਾਂ ਦਾ ਸੀਐਮ ਹੈ ਜਨਾਬ, ਤੁਹਾਡਾ ਪ੍ਰੋਟੋਕਾਲ, ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ, ਲੈ ਕੇ 1.25 ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ, ਕੁਰਸੀ ਨਹੀਂ ਮਿਲਣੀ।